ਸਰ ਇੱਕ ਤੁਹਾਡੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਕੀ ਕਾਰਨ ਬਣਿਆ ਜੀ ਉਹਦਾ ਜਿਹੜਾ ਕਿ ਕਹਿ ਰਹੇ ਕਿ ਉਹਦੇ ਵਿੱਚ ਕਹਿ ਰਹੇ ਹੋ ਕਿ ਇਦਾਂ ਦੇ ਵਿਆਹ ਸ਼ਾਦੀਆਂ ਅਸੀਂ ਬਹੁਤ ਦੇਖਿਆ ਚੁੱਕੋ ਮੰਤਰੀ ਸਾਹਿਬ ਪੈਸੇ ਬਿਲਕੁਲ ਨਹੀਂ ਕਿਹਾ ਜੀ ਮੈਂ ਹਾਂਜੀ ਨਾ ਮੇਰਾ ਵਰਜਨ ਨਹੀਂ ਸੁਣਿਆ ਉਹਨਾਂ ਨੇ ਨਾ ਮੈਨੂੰ ਪੁੱਛਿਆ ਤੇ ਉਹਨਾਂ ਨੇ ਲਗਾ ਦਿੱਤੀ ਉੱਥੇ ਕਿ ਪਿਛਲੇ ਦਿਨੀ ਮੰਡੀ ਟੀ ਐਮ ਦੀ ਇੱਕ ਜਿਹੜੀ ਕਿ ਆਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਅੱਜ ਉਹਨਾਂ ਨੇ ਜਦੋਂ ਗੱਲਬਾਤ ਕੀਤੀ ਗਈ ਹੈ ਉਹਨਾਂ ਵੱਲੋਂ ਕਹਿ ਲਓ ਕਿ ਕੁਛ ਵਪਾਰੀਆਂ ਦੇ ਜਿਹੜੇ ਕਿ ਨਾਮ ਉਜਾਗਰ ਕਰਨ ਦੀ ਗੱਲ ਕੀਤੀ ਜਿਹਦੇ ਵਿੱਚ ਤੁਹਾਡੇ ਕ੍ਰਿਸ਼ਨ ਫਾਰਮ ਦਾ ਵੀ ਨਾਮ ਲਿੱਤਾ ਗਿਆ ਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਮੈਨੂੰ ਤਾਂ ਹਾਲੇ ਕੋਈ ਵੀਡੀਓ ਬਾਰੇ ਗਿਆਨ ਨਹੀਂ ਤੇ ਨਾ ਮੈਨੂੰ ਇਹ ਪਤਾ ਵੀ ਡੀ ਐਮ ਨੇ ਕੀ ਕਿਹਾ ਕੀ ਨਹੀਂ ਪ੍ਰੋਪਰਾਈਟਰ ਹੈ ਜਤਿੰਦਰ ਕੁਮਾਰ ਬਾਵਾ ਅੱਛਾ ਜੀ ਸਰ ਠੀਕ ਉਹ ਵੀਡੀਓ ਦੇ ਵਿੱਚ ਉਹ ਵੀ ਖੜਾ ਠੀਕ ਆ ਮੈਂ ਵੀਡੀਓ ਬਣਾਈ ਜਾਂਦੇ ਆ ਸਵੇਰੇ ਵੀਡੀਓ ਬਣਾ ਕੇ ਉੱਪਰ ਸਾਰੇ ਅਧਿਕਾਰੀਆਂ ਨੂੰ ਭੇਜੀ ਡੀਐਫਐਸਸੀ ਨੂੰ ਵੀ ਆਪਣੇ ਉੱਪਰ ਮਾਨਯੋਗ ਮੈਨੇਜਿੰਗ ਡਾਇਰੈਕਟਰ ਨੂੰ ਵੀ ਸਾਰਿਆਂ ਨੂੰ ਭੇਜੀ ਠੀਕ ਆ ਦੇਖੋ ਜੀ ਹੱਲੇ ਸ਼ੈਲਰ ਨੂੰ ਅਸੀਂ ਮੰਡੀ ਨੇ ਲਾਈ ਹੱਲੇ ਮੈਂ ਐਗਰੀਮੈਂਟ ਨਹੀਂ ਕੀਤਾ ਦੋ ਨੰਬਰ ਜੋ ਨਾਂਦਰ ਲੈ ਬੈਠਾ ਕਿਹੜੇ ਆਰਜੀ ਦਾ ਲੈ ਕੇ ਆਇਆ ਸਾਡੀ ਮੰਡੀ ਦੇ ਵਿੱਚ ਕੁਝ ਨਹੀਂ ਹੈਗਾ ਜੀ ਇਸ ਚੀਜ਼ ਦਾ ਉਹਨਾਂ ਦਾ ਕੋਈ ਆਪਸ ਚ ਕੋਈ ਹੋਵੇ ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ ਪਰ ਮੇਰੇ ਜੇ ਤੁਸੀਂ ਮੇਰੇ ਕੋ ਕਪੂਰਲਾ ਮੰਡੀ ਦੇ ਬਾਰੇ ਪੁੱਛੋ ਤੇ ਸਾਡੀ ਕਪੂਰਲਾ ਮੰਡੀ 'ਚ ਦੋ ਨੰਬਰ ਦਾ ਕੰਮ ਝੋਨਾ ਬਿਲਕੁਲ ਨਹੀਂ ਵਿਕਦਾ ਇਹਨੇ ਕੀ ਕੀਤਾ ਦੋ ਨੰਬਰ 'ਚ ਆੜਤੀ ਨਾਲ ਗਿਟਮੈਂਟ ਕਰਕੇ ਦੋ ਨੰਬਰ 'ਚ ਅੰਦਰ ਲਿਆ ਕੇ ਰੱਖ ਲਿਆ ਤੇ ਸਕੀਮ ਇਹ ਸੀ ਕਿ ਜਦੋਂ ਮੇਰੀ ਅਲਾਟਮੈਂਟ ਹੋ ਜਾਊਗੀ ਤੇ ਗੇਟ ਪਾਸ ਜਲ ਹੀ ਕੱਟ ਕੇ ਮੈਂ ਕਹੂੰਗਾ ਸਰਕਾਰੀ ਆ ਗਿਆ ਸਰਕਾਰੀ ਕਿਉਂਕਿ ਮੈਂ ਹੋ ਜੋ ਕਿ ਮੈਂ 5 ਕਰੋੜ ਦਾ ਝੋਨਾ ਇਹਦਾ ਨਹੀਂ ਹੋਣ ਦਿੱਤਾ ਮੈਂ ਕਿਹਾ ਮੈਂ ਨਹੀਂ ਮੰਨਦਾ ਠੀਕ ਹੈ ਸਰ ਜੱਟ ਸਾਨੂੰ ਅਪੀਲ ਦੇ ਉੱਤੇ ਆਪਣੇ ਡਿਪਟੀ ਕਰ ਸਕਾ ਲਈ ਡਿਊਟੀ ਲਾਈ ਉਹਨਾਂ ਨੇ ਡਿਊਟੀ ਲਾਉਣ ਤੋਂ ਬਾਅਦ ਉਹਨਾਂ ਨੇ ਕੋਈ ਟੀਮ ਬਣਾਈ ਟੀਮ ਲਾ ਕੇ ਉਹਨਾਂ ਨੇ ਜਾਂ ਰਿਪੋਰਟ ਭੇਜੀ ਸਾਨੂੰ ਇਹ ਕੁਛ ਨਹੀਂ ਇਹਦੇ ਬਾਰੇ ਪਤਾ ਸੀ ਕੀ ਰਿਪੋਰਟ ਗਈ ਆ ਸਾਨੂੰ ਇਹ ਵੀ ਨਹੀਂ ਪਤਾ ਸਾਡੀ ਐਲੋਕੇਸ਼ਨ ਆਈ ਆ ਅਲਾਟਮੈਂਟ ਆਈ ਆ ਜਾਂ ਨਹੀਂ ਆਈ ਸਾਨੂੰ ਕੁਛ ਨਹੀਂ ਪਤਾ ਮੈਂ 19 ਤਰੀਕ ਨੂੰ ਨੋਟਿਸ ਵੀ ਕੱਢਿਆ ਉਹਨਾਂ ਨੂੰ ਓਕੇ ਤੁਹਾਨੂੰ 48 ਘੰਟੇ ਦਾ ਟਾਈਮ ਦਿੱਤਾ ਜਾਂਦਾ ਹੈ ਆਪਣਾ ਪੱਖ ਅਗਰ ਤੁਸੀਂ ਕਹਿਣਾ ਚਾਹੁੰਦੇ ਦਿਓ ਦਿਓ ਸਾਰਿਆਂ ਨੂੰ ਈਮੇਲ ਕੀਤੀ ਸਾਰੇ ਅਫਸਰਾਂ ਨੂੰ ਸਾਡੀ ਮੰਡੀ ਦੇ ਆਪਣੇ ਉੱਪਰ ਤਾਂ ਕੋਈ ਇਲਜ਼ਾਮ ਮੈਨੂੰ ਮਿਲੀ ਸਾਡੀ ਨੌਲੇਜ ਤੇ ਕੋਈ ਨਹੀਂ ਆਇਆ ਇਹ ਮਤਲਬ ਲੱਗਦਾ ਨਹੀਂ ਸਾਨੂੰ ਕੋਈ ਇਲਜ਼ਾਮ ਲੱਗਾ ਸਾਡੇ ਆੜਤੀਆਂ ਤੇ ਉਹਨਾਂ ਨੇ ਕੋਈ ਡਾਇਰੈਕਟ ਸਾਡੇ ਆੜਤੀਆਂ ਤੇ ਕੋਈ ਇਲਜ਼ਾਮ ਲਾਇਆ ਮੇਰੀ ਸਾਡੀ ਨੌਲੇਜ ਤੇ ਕੁਝ ਵੀ ਨਹੀਂ ਹੈਗਾ ਇਦਾਂ ਦਾ ਸਰ ਇੱਕ ਤੁਹਾਡੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਕੀ ਕਾਰਨ ਬਣਿਆ ਜੀ ਉਹਦਾ ਜਿਹੜਾ ਕਿ ਕਹਿ ਰਹੇ ਕਿ ਉਹਦੇ ਵਿੱਚ ਕਹਿ ਰਹੇ ਹੋ ਕਿ ਇਦਾਂ ਦੇ ਵਿਆਹ ਸ਼ਾਦੀਆਂ ਅਸੀਂ ਬਹੁਤ ਦੇਖਿਆ ਚੁੱਕੋ ਮੰਤਰੀ ਸਾਹਿਬ ਪੈਸੇ ਬਿਲਕੁਲ ਨਹੀਂ ਕਿਹਾ ਜੀ ਮੈਂ ਹਾਂਜੀ ਨਾ ਮੇਰਾ ਵਰਜਨ ਨਹੀਂ ਸੁਣਿਆ ਉਹਨਾਂ ਨੇ ਨਾ ਮੈਨੂੰ ਪੁੱਛਿਆ ਤੇ ਉਹਨਾਂ ਨੇ ਲਗਾ ਦਿੱਤੀ ਉੱਥੇ ਠੀਕ ਹੈ ਸਰ ਠੀਕ ਹੈ ਜੀ ਠੀਕ ਹੈ ਟੋਟਲੀ ਫੇਕ ਹੈ ਅੱਜ ਕੱਲ ਏਆਈ ਟੂਲਸ ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲ ਹੈਗੇ ਨੇ ਬਥੇਰੇ ਲੋਕੀ ਬਣਾ ਕੇ ਤੁਹਾਨੂੰ ਪਤਾ ਹੀ ਹੈ ਕਪੂਰਥਲੇ ਦੇ ਕਿੱਦਾਂ ਦੇ ਕੰਮ ਕਰ ਰਹੇ ਹਾਂ ਮੈਂ ਲੋਕੀ ਨਾਰਾਜ਼ ਬੜੇ ਨੇ ਜਿਹਨਾਂ ਦੇ ਕੰਮ ਨਹੀਂ ਹੁੰਦੇ ਠੀਕ ਹੈ ਸਰ ਪਿੱਛੇ ਜੇ ਤੁਸੀਂ ਮੋਦੀ ਸਾਹਿਬ ਦੀ ਵੀਡੀਓ ਦੇਖੀ ਹੈ ਹਾਂਜੀ ਡੀਪ ਫੇਕ ਦਾ ਉੱਥੇ ਵੀ ਉਹ ਕਹਿੰਦੇ ਮੋਦੀ ਸਾਹਿਬ ਕਹਿੰਦੇ ਮੈਂ ਨਹੀਂ ਹੈਗਾ ਪਰ ਦੇਖ ਕੇ ਲੱਗਦਾ ਮੋਦੀ ਸਾਹਿਬ ਹੀ ਨੇ ਠੀਕ ਹੈ ਸਰ ਤੇ ਉਹਨਾਂ ਨੇ ਸਾਰੀਆਂ ਏਜੰਸੀਆਂ ਲਾਤੀਆਂ ਮਗਰ ਚੈੱਕ ਕਰਨ ਨੂੰ ਠੀਕ ਆ ਠੀਕ ਹੈ ਵੀ ਨਹੀਂ ਤੇ ਇੱਥੇ ਵੀ ਬਹੁਤ ਵੱਡੇ ਵੱਡੇ ਸਕੈਂਡਲ ਫੜੇ ਨੇ ਮੈਂ ਤੁਹਾਨੂੰ ਪਤਾ ਹੀ ਹੈ ਝੋਨਾ ਵੀ ਉੱਥੇ ਗਲਤ ਤਰੀਕੇ ਦੇ ਨਾਲ ਕਿਤੇ ਸ਼ੈਲਰਸ ਲਗਵਾਇਆ ਗਿਆ ਨਾ 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 ਗਲਤ ਨਹੀਂ ਮਿਲੀ ਭੁਗਤ ਵੀ ਨਹੀਂ ਹਾਂਜੀ ਇਹਦੇ ਚ ਕੀ ਹੈ ਕਿ ਜਿਹੜੀ ਦੂਸਰੀ ਫਰਮ ਹੈ ਉਹਨਾਂ ਦੀ ਖੁਸ਼ੀ ਐਗਰੋ ਫੀਡ ਇੰਡਸਟਰੀਜ਼ ਹਾਂਜੀ ਸਰ ਉਹਦੀ ਅਸੀਂ ਅਲਾਟਮੈਂਟ ਨਹੀਂ ਕੀਤੀ ਸੀ ਸਟਾਰਟਿੰਗ ਤੇ ਕਿਉਂਕਿ ਉਹਦੇ ਚ ਬਹੁਤ ਉਣਤਾਈਆਂ ਸੀ ਠੀਕ ਹੈ ਸਰ ਸੀਜ਼ਨ ਸ਼ੁਰੂ ਹੁੰਦਾ 1 ਅਕਤੂਬਰ ਤੋਂ 1-10 ਤੋਂ ਠੀਕ ਹੈ ਜੀ ਇਹ ਇਹਨੇ ਫਿਰ ਉਣਤਾਈਆਂ ਦੂਰ ਕਰਾ ਕੇ 15 ਨਵੰਬਰ ਮਤਲਬ 15-11 ਨੂੰ ਇਹਨਾਂ ਨੇ ਆਪਣੀ ਅਲਾਟਮੈਂਟ ਉੱਪਰੋਂ ਕਰਾਈ ਕਿੱਥੋਂ ਕਰਵਾਈ ਸਰ ਉਹ ਚੰਡੀਗੜ੍ਹ ਤੋਂ ਓਕੇ ਜੀ 16 ਨੂੰ ਅਸੀਂ ਸਾਈਨ ਕੀਤੇ 16 ਨਵੰਬਰ ਨੂੰ ਠੀਕ ਹੈ ਜੀ 17 ਨੂੰ ਮੈਨੂੰ ਟਿਪ ਮਿਲੀ ਕਿ ਇਹਦੇ ਤਾਂ ਕਿਉਂਕਿ ਡਾਇਰੈਕਟਰ ਸਾਹਿਬ ਨੇ ਡਾਇਰੈਕਟਰ ਫੂਡ ਪੰਜਾਬ ਨੇ ਪਹਿਲਾਂ ਹੀ ਅਖਬਾਰਾਂ 'ਚ ਕੱਢਿਆ ਹੋਇਆ ਸੀ ਵੀ ਜੇ ਸ਼ੈਲਰ ਦੇ ਜੇ ਕਿਸੇ ਨੇ ਸਰਕਾਰੀ ਕੰਮ ਕਰਨਾ ਤੇ ਪਹਿਲਾਂ ਡਿਕਲੇਅਰ ਕਰ ਦਿਓ ਤੁਹਾਡੇ ਅੰਦਰ ਕੋਈ ਝੋਨਾ ਤਾਂ ਨਹੀਂ ਲੱਗਿਆ ਪ੍ਰਾਈਵੇਟ ਠੀਕ ਹੈ ਜੀ ਇਹਨਾਂ ਨੇ ਕੋਈ ਡਿਕਲੇਅਰ ਨਹੀਂ ਕੀਤਾ 17 ਤਰੀਕ ਮੈਨੂੰ ਟਿਪ ਮਿਲੀ ਤੇ ਧਮਕੀਆਂ ਵੀ ਮਿਲੀਆਂ ਮੈਂ ਚੱਲਿਆ ਸੀਗਾ ਲੈ ਕੇ ਟੀਮ ਪਰ ਬੰਦੇ ਮੇਰੇ ਦੂਰ ਦੂਰ ਸੀਗੇ ਕਿੰਨੇ ਧਮਕੀ ਤੁਹਾਨੂੰ ਸਰ ਕਿੰਨੇ ਦਿੱਤੀ ਉੱਥੇ ਬੜੀਆਂ ਧਮਕੀਆਂ ਚਲੇ ਜੀ ਮੈਂ ਦੱਸੂਗਾ ਹੌਲੀ ਹੌਲੀ ਆ ਕੇ ਹਾਂ ਦੱਸੋ ਆਪਾਂ ਚੱਲਦੇ ਆ ਕੇ ਤੁਸੀਂ ਮੇਰੇ ਨਾਲ ਫੋਨ ਲਾਈਨ ਤੇ ਮੌਜੂਦ ਰਹੋ ਕਿ ਕਿਹਨੇ ਕਿਹਨੇ ਤੁਹਾਨੂੰ ਧਮਕੀ ਦਿੱਤੀ ਹੱਲੇ ਨਹੀਂ ਜੀ ਪਹਿਲਾਂ ਆਪਾਂ ਮੇਨ ਮੁੱਦੇ ਤੇ ਆ ਜੀਏ 18 ਤਰੀਕ ਦੀ ਸਵੇਰੇ ਮੈਂ ਟੀਮ ਲੈ ਕੇ ਚਲਾ ਗਿਆ ਠੀਕ ਹੈ ਜੀ ਤੇ ਖੁਸ਼ੀ ਐਗਰੋ ਫੀਡ ਦੇ ਵਿੱਚ 48,800 ਕੁਝ ਬੋਰੀਆਂ ਪਾਈਆਂ ਗਈਆਂ ਉਹਨੂੰ ਪੁੱਛਿਆ ਕਾਗਜ਼ ਤੇ ਹਾਂਜੀ ਕਹਿੰਦਾ ਜੀ ਮੇਰੀ ਪ੍ਰਾਈਵੇਟ ਪਰਚੇਜ਼ ਹੈ ਮੈਂ ਕਾਗਜ਼ ਦੇ ਤੇ ਪ੍ਰਾਈਵੇਟ ਪਰਚੇਜ਼ ਦੇ ਤੇ ਠੀਕ ਹੈ ਸਰ ਕਿਹੜੀਆਂ ਤੋਂ ਕਿਹੜੀ ਮੰਡੀ ਚੋਂ ਕਿਹੜੇ ਆੜਤੀ ਤੋਂ ਖਰੀਦਿਆ ਕਿੰਨੀ ਮਾਰਕੀਟ ਫੀਸ ਤਾਰੀ
ਕਿਹੜੇ ਟਰੱਕ ਰਾਹੀਂ ਲੈ ਕੇ ਆਇਆ ਤੂੰ? ਠੀਕ ਹੈ ਜੀ। ਬਾਅਦ ਚ ਕਹਿੰਦਾ ਜੀ ਮੈਂ ਨਾ ਪਰਚੇ ਨਾ ਪਰਚੇ ਪਵਾ ਲਊਂਗਾ, ਮੈਂ ਸਰਕਾਰੀ ਨਾ ਕੰਮ ਨੀ ਕਰਨਾ। ਮੈਂ ਕਿਹਾ ਕੱਲ ਤੱਕ ਤਾਂ ਤਰਲੋ ਮੱਚੀ ਸੀਗਾ। ਸਾਰੇ ਅਧਿਕਾਰੀ ਨੂੰ ਭੇਜੀ, ਡੀਐਫਐਸਸੀ ਨੂੰ ਵੀ, ਆਪਣੇ ਉੱਪਰ ਮਾਨਯੋਗ ਮੈਨੇਜਿੰਗ ਡਾਇਰੈਕਟਰ ਨੂੰ ਵੀ, ਸਾਰਿਆਂ ਨੂੰ ਭੇਜੀ। ਦੇਖੋ ਜੀ ਹਲੇ ਸ਼ੈਲਰ ਨੂੰ ਅਸੀਂ ਮੰਡੀ ਨੇ ਲਾਈ, ਹਲੇ ਮੈਂ ਐਗਰੀਮੈਂਟ ਨੀ ਕੀਤਾ, ਦੋ ਨੰਬਰ ਝੋਨਾ ਅੰਦਰ ਲਿਆ ਬੈਠਾ, ਕਿਹੜੇ ਆੜਤੀ ਦਾ ਲੈ ਕੇ ਆਇਆ? ਜਦੋਂ ਕਿ ਸ਼ੈਲ ਜਦੋਂ ਜਦੋਂ ਸ਼ੈਲ ਮੈਂ ਫੇਰ ਗੱਲ ਟੋਕ, ਜਦੋਂ ਸ਼ੈਲਰ ਦੇ ਵਿੱਚ ਝੋਨਾ ਲੱਗਦਾ ਜਿਹੜਾ ਕਿ ਉਹਦਾ ਗੇਟ ਪਾਸ ਵੀ ਹੁੰਦਾ, ਉਹਦਾ ਆਰਓ ਸਾਰਾ ਕੱਟਿਆ, ਕਿਉਂਕਿ ਉਹ ਉਹਦਾ ਅਵੇਲੇਬਲ ਸੀਗਾ ਜੀ। ਤੁਸੀਂ ਬੜੇ ਐਡਵਾਂਸ ਚਲੇ ਗਏ ਜੀ, ਬਹੁਤ ਦੂਰ ਚਲੇ ਗਏ। ਹਾਂਜੀ ਹਾਂਜੀ, ਬੜੀ ਸਿੰਪਲ ਜੀ ਗੱਲ ਹੈ। ਹਾਂਜੀ, ਅਸੀਂ ਜਿੰਨੀਆਂ ਮੰਡੀਆਂ ਚੋਂ ਜਿਹੜਾ ਝੋਨਾ ਅਸੀਂ ਖਰੀਦਿਆ ਸੀ ਉਹ ਤਾਂ ਸ਼ੈਲਰਾਂ ਤੇ ਜਾ ਚੁੱਕਾ ਹੈ, ਇਹ ਝੋਨਾ ਸਾਡਾ ਸਰਕਾਰੀ ਨਹੀਂ ਹੈਗਾ। ਠੀਕ ਹੈ ਸਰ। ਇਹਨੇ ਕੀ ਕੀਤਾ, ਦੋ ਨੰਬਰ ਚ ਆੜਤੀ ਨਾਲ ਗਿਟਮੈਂਟ ਕਰਕੇ ਦੋ ਨੰਬਰ ਚ ਅੰਦਰ ਲਿਆ ਕੇ ਰੱਖ ਲਿਆ। ਸਕੀਮ ਇਹ ਸੀ ਕਿ ਜਦੋਂ ਮੇਰੀ ਅਲਾਟਮੈਂਟ ਹੋ ਜੂਗੀ ਤੇ ਗੇਟ ਪਾਸ ਜਲ ਹੀ ਕੱਟ ਕੇ ਮੈਂ ਕਹੂੰਗਾ ਸਰਕਾਰੀ ਆ ਗਿਆ, ਜੋ ਕਿ ਮੈਂ 5 ਕਰੋੜ ਦਾ ਝੋਨਾ ਇਹਦਾ ਨਹੀਂ ਹੋਣ ਦਿੱਤਾ। ਮੈਂ ਕਿਹਾ ਮੈਂ ਨੀ ਮੰਨਦਾ। ਠੀਕ ਹੈ ਸਰ, ਮੇਰੀ ਗੱਲ ਸਮਝੇ ਜੀ। ਮੈਂ ਚੁੱਪ ਕਰ ਜਾਂਦਾ, ਇਹਨੇ 4 ਦਿਨਾਂ ਬਾਅਦ ਜਲ ਹੀ ਗੇਟ ਪਾਸ ਕੱਟੀ ਜਾਣੀ ਸੀ, ਮੰਡੀ ਜਲ ਹੀ ਪਰਚੇਸ ਪੁਆਈ ਜਾਣੀ ਸੀ ਤੇ ਇੱਥੇ ਭੇਜੀ ਜਾਣੀ ਸੀ। ਠੀਕ ਹੈ ਜੀ, ਠੀਕ ਹੈ ਜੀ। ਇਹ 5 ਕਰੋੜ ਦਾ ਝੋਨਾ ਹੈ, ਇਹ ਕੋਈ ਮਾੜੀ ਮੋਟੀ ਚੀਜ਼ ਨੀ ਹੈਗੀ। ਠੀਕ ਹੈ ਸਰ, ਠੀਕ ਹੈ ਜੀ। ਇਸ ਤੋਂ ਇਲਾਵਾ ਅਲਾਟਮੈਂਟਾਂ ਦੌਰਾਨ ਵੱਡੇ ਵੱਡੇ ਬਾਹੂਬਲੀ ਜਿਹੜੇ ਹੈਗੇ ਨੇ, ਹਾਂਜੀ, ਉਹਨਾਂ ਦੀਆਂ ਅਲਾਟਮੈਂਟਾਂ 6 ਅਲਾਟਮੈਂਟਾਂ ਰੱਦ ਹੋਈਆਂ ਸੀ ਸਟਾਰਟਿੰਗ ਤੇ। ਠੀਕ ਹੈ ਜੀ, ਬਹੁਤ ਔਖੇ ਸੀ ਲੋਕੀ ਮੇਰੇ ਤੋਂ। ਠੀਕ ਹੈ ਸਰ, ਠੀਕ ਹੈ। ਨਾਮ ਤੁਹਾਨੂੰ ਕਈਆਂ ਦੇ ਪਤਾ ਵੀ ਨੇ, ਬਾਜ਼ਾਰ 'ਚ ਬੋਲਦੇ, ਅਗਲੀ ਵਾਰੀ ਉਹ ਦੱਸਾਂਗੇ ਤੁਹਾਨੂੰ। ਠੀਕ ਹੈ ਸਰ, ਠੀਕ ਹੈ ਜੀ। ਚੰਗੇ ਕੰਮ ਕਰਨ ਦਾ ਇਹ ਫਲ ਹੈਗਾ, ਹੋਰ ਕੁਛ ਨਹੀਂ ਹੈ। ਠੀਕ ਹੈ ਜੀ, ਇਹਦਾ ਮਤਲਬ ਤੁਸੀਂ ਆਪਣੀ ਜਗ੍ਹਾ ਤੇ ਸਹੀ ਹੈ, ਤੁਹਾਨੂੰ ਕਿ ਇੱਕ ਬਦਨਾਮੀ ਦੇਣ ਦੀ ਖਾਤਰ। ਦੇਖੋ ਜੇ ਜੇ ਉਹ ਨਿਊਜ਼ ਚੈਨਲ ਜਾਂ ਟੀਵੀ ਯੂਟਿਊਬ ਵਾਲਾ ਹੈ, ਐਟ ਲੀਸਟ ਜਨਾਬ ਨੂੰ ਮੇਰਾ ਵਰਜਨ ਸੁਣਨਾ ਚਾਹੀਦਾ ਸੀਗਾ। ਬਿਲਕੁਲ ਸਹੀ ਹੈ ਜੀ। ਉਹ ਕਹਿੰਦੇ ਜੀ ਦਿਲਜੀਤ ਸਿੰਘ ਜੀ ਤੇ ਪਰਚਾ ਇਹ 5 ਜਣਿਆਂ ਤੇ ਹੋਇਆ ਸੀ, ਕੱਲਾ ਦਿਲਜੀਤ ਸਿੰਘ ਹੀ ਬਾਹਰ ਹੋ ਗਿਆ। ਭਰਾਵਾ, 3 ਜਣਿਆਂ ਨੂੰ MD ਨੇ ਪ੍ਰਵਾਨਗੀ ਨਹੀਂ ਦਿੱਤੀ, 5 ਚੋਂ 3 ਦੀ ਦਿੱਤੀ ਨੀ। ਠੀਕ ਹੈ ਜੀ। ਉਸ ਤੋਂ ਪਰਚੇ ਤੋਂ ਪਹਿਲਾਂ ਮੈਂ ਪਰਚਾ ਕਰਾ ਲਿਆ ਸੀ ਤੇ ਵਿਜੀਲੈਂਸ ਗੁੱਸਾ ਕਰ ਗਈ, ਉਹਨਾਂ ਨੇ DGP ਸਾਹਿਬ ਤੋਂ ਪ੍ਰਵਾਨਗੀ ਲੈ ਕੇ ਮੇਰੇ ਪਰਚੇ ਟੇਕ ਓਵਰ ਕਰਕੇ ਦੁਬਾਰਾ ਇਨਕੁਆਇਰੀ ਕੀਤੀ ਉਹਨਾਂ ਨੇ। ਠੀਕ ਹੈ ਸਰ, ਉਹ ਤਾਂ ਦੱਸਿਆ ਨੀ, ਜੇ ਮੈਨੂੰ ਪੁੱਛੋਗਾ ਮੈਂ ਤਾਂ ਹੀ ਦੱਸੂਗਾ ਨਾ ਉਹਨੂੰ। ਠੀਕ ਹੈ ਕਿ ਨਹੀਂ? ਠੀਕ ਹੈ ਜੀ ਜੀ। ਫਿਰ IT ਐਕਟ ਦੇ ਮੇਰੇ ਮਹਿਕਮੇ ਨੇ ਮੈਨੂੰ ਸਸਪੈਂਡ ਕਰਤਾ ਕੱਲ। IT ਐਕਟ ਲੱਗਦਾ, ਧਾਰਾ ਲੱਗਦੀ ਸਾਈਬਰ ਕ੍ਰਾਈਮ ਦੀ, ਟੈਲੀਗ੍ਰਾਫਿਕ ਐਕਟ ਦੀ ਧਾਰਾ ਲੱਗਦੀ ਹੈ ਕਿ ਭਾਈ ਤੁਸੀਂ ਕਿਸੇ ਦੀ ਰਿਕਾਰਡਿੰਗ ਨੀ ਕਰ ਸਕਦੇ। ਮੰਨ ਲਓ ਸਪੋਜ਼ ਕਿ ਮੇਰੀ ਸੀਗੀ, ਮੈਂ ਮੰਨਦਾ ਨੀ ਆ, ਮੈਂ ਨੀ ਕਹਿ ਰਿਹਾ ਮੇਰੀ ਹੈ, ਪਰ ਜੇ ਤੁਸੀਂ ਤੇ ਮੈਂ ਗੱਲ ਕਰ ਰਹੇ ਹੋ, ਤੀਸਰਾ ਬੰਦਾ ਕ੍ਰਿਸ਼ਨਾ ਵਾਲਾ ਬੈਠ ਕੇ ਆਪਣੀ ਰਿਕਾਰਡਿੰਗ ਕਰ ਲਏ, ਉਹ ਨੋਨ ਅਵੇਲੇਬਲ ਅਫੈਂਸ ਹੈ। ਸੁਪਰੀਮ ਕੋਰਟ ਵੀ ਕਹਿੰਦੀ ਅੰਦਰ ਕਰੋ ਬੰਦਾ, ਉਹਨੇ ਪੁੱਛਿਆ ਟੱਕਰ ਨੀ ਚਲਾਉਣ ਤੋਂ ਪਹਿਲਾਂ ਮੈਨੂੰ, ਉਹਦੇ ਵੱਲ ਕੋਈ ਨੀ ਜਾ ਰਿਹਾ, ਮੈਂ ਕਹਾਂ ਮੈਨੂੰ ਪੁੱਛ ਨੀ ਰਿਹਾ, ਮੇਰੀ ਕੋਈ ਇੱਜ਼ਤ ਨੀ। ਇਹਦਾ ਮਤਲਬ ਆਪਾਂ ਤਾਂ ਡੀਗ੍ਰੇਡ ਕਰਨ ਵਾਸਤੇ ਮੁਲਾਜ਼ਮਾਂ ਨੂੰ, ਸਾਨੂੰ ਕੀ ਮੋਟੀਵੇਸ਼ਨ ਮਿਲਦੀ ਹੈ ਕੰਮ ਕਰਨ ਦੀ? ਠੀਕ ਹੈ, ਇਹ ਤਾਂ ਪੈਸੇ ਕੋਈ ਮੈਂ ਵੀ ਲੈ ਲੈਂਦਾ ਉਸ ਤੋਂ। ਠੀਕ ਹੈ ਯਾਰ, ਲਾ ਦੋ, ਕੋਈ ਗੱਲ ਨੀ ਯਾਰ, 5 ਕਰੋੜ ਛੱਡ, ਹੋਰ ਲਗਾ ਲਾ, ਹੈ ਨੀ। ਠੀਕ ਹੈ ਸਰ। ਫਿਰ ਉਹ ਕਹਿੰਦਾ ਜੀ ਭਾਈ ਪ੍ਰਮੋਸ਼ਨ ਦੀ ਗੱਲ ਕਰ ਰਿਹਾ, ਭਰਾਵਾ 15 ਦਿਨ ਪਹਿਲਾਂ ਮੈਂ ਰਿਜ਼ਾਈਨ ਪਾਇਆ ਵਾ। ਠੀਕ ਹੈ ਜੀ, ਹਿੰਮਤ ਚਾਹੀਦੀ ਰਿਜ਼ਾਈਨ ਪਾਉਣ ਦੀ। ਮੈਂ ਕਿਹਾ ਮੈਂ ਨੀ ਕੰਮ ਕਰਨਾ, ਬੜਾ ਅਨਸੇਫ ਜ਼ਿਲ੍ਹਾ ਇਹ, ਪੁੱਛੋ MD ਨੂੰ। ਠੀਕ ਹੈ ਜੀ, ਜਿਹੜਾ ਬੰਦਾ ਰਿਜ਼ਾਈਨ ਪਾ ਰਿਹਾ ਪ੍ਰਮੋਸ਼ਨ ਦੀ ਗੱਲਾਂ ਕਿਉਂ ਕਰੂਗਾ? ਬਿਲਕੁਲ ਜੀ, ਮੇਰਾ ਵਰਜਨ ਕੋਈ ਨੀ ਲੈ ਰਿਹਾ, ਉਹ ਮੇਰੇ ਪਰਿਵਾਰ ਦੀ ਬਦਨਾਮੀ ਹੋ ਰਹੀ ਹੈ, ਮੇਰੇ ਨਾਲ ਸਾਰਿਆਂ ਦੀ ਬਦਨਾਮੀ, ਘਰਦਿਆਂ ਦੀ ਹੋ ਰਹੀ ਹੈ। ਠੀਕ ਹੈ ਜੀ, ਲੋ ਜੀ, ਕਿ ਮੈਂ ਪੰਜਾਬੀ ਨੀ ਹੈਗਾ, ਕਿ ਮੈਂ ਭਗਵੰਤ ਮਾਨ ਦਾ ਬੰਦਾ ਨੀ ਹੈਗਾ। ਠੀਕ ਹੈ, ਮੇਰੇ ਵਾਸਤੇ ਵੀ ਚੁਰੋ, ਮੇਰੇ ਵਾਸਤੇ ਵੀ ਚੈੱਕ ਕਰੋ, ਏਜੰਸੀਆਂ ਨੂੰ ਲਾਓ, ਇਹਦੀ ਫੋਰੈਂਸਿਕ ਜਾਂਚ ਕਰਾਓ, ਜਿਹੜੀ IDO ਆਈ ਹੈ ਉਸ ਤੋਂ ਬਾਅਦ ਮੈਨੂੰ ਕੱਢੋ। ਠੀਕ ਹੈ, ਇਹਦਾ ਮਤਲਬ ਫਿਊਚਰ ਦੇ ਵਿੱਚ ਤਾਂ ਮੈਂ ਇਹੀ ਕਰਾਂ ਕਿ ਰਲੀ ਮਲੀ ਭੁਗਤਣ ਨਾਲ ਚੱਲੀ ਜਾਂਦਾ, ਮੈਂ ਵੀ ਚਲਾਵਾਂ, ਮੈਂ ਨੀ ਬਣ ਸਕਦਾ ਇਹਨਾਂ ਵਰਗਾ। ਇਹਦਾ ਤੁਸੀਂ ਇਹਦੇ ਤੁਹਾਡੇ ਕਹਿਣ ਦਾ ਮਤਲਬ ਇਹਦੇ ਵਿੱਚ ਕਿ ਖੁਸ਼ੀ ਐਗਰੋ ਜਿਹੜੀ ਹੈਗੀ ਆ, ਕ੍ਰਿਸ਼ਨਾ ਰਾਈਸ ਮਿਲ, ਉਹ ਬੰਦਿਆਂ ਨੇ ਤੁਹਾਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ? ਇਕੱਲੇ ਇਹ ਨਹੀਂ ਹੈਗੇ, ਜਿਹੜੇ 6-7 ਹੋਰ ਜਿਹਨਾਂ ਨੇ ਕੀਤਾ, ਹੋਰ ਕਿਹੜੇ ਸਰ ਹੈਗੇ ਨੇ ਦੱਸਾਂਗੇ ਜੀ। ਈਵਨ ਹੁਸ਼ਿਆਰਪੁਰ ਚ ਮੈਂ ਪਿਛਲੇ ਝੋਨੇ ਸੀਜ਼ਨ ਸੀਗਾ। ਠੀਕ ਹੈ ਸਰ, ਤੁਹਾਨੂੰ 2 ਮਿੰਟ ਹੋਰ ਲਾਂਗੇ ਤੁਹਾਡੇ। ਠੀਕ ਹੈ ਸਰ, ਪਿਛਲੇ ਸਿਰਫ 2 ਸਾਲ ਤੋਂ ਹੀ ਸਾਨੂੰ ਪਾਵਰਾਂ ਮਿਲੀਆਂ ਸਾਰੇ DMਾਂ ਨੂੰ। ਠੀਕ ਹੈ, ਅਲਾਟਮੈਂਟਾਂ ਦੇ ਕਾਗਜ਼ ਚੈੱਕ ਕਰਨ, ਪਹਿਲਾਂ ਚੁੱਪ ਚਪੀਤੇ ਫੂਡ ਸਪਲਾਈ ਵਾਲੇ ਗਿਟਰ ਮੀਟਰ ਜੇ ਕਰਕੇ ਅਲਾਟ ਕਰਦੇ ਸੀ। ਠੀਕ ਹੈ ਸਰ, ਪਿਛਲੇ ਸਾਲ ਮੈਂ ਹੁਸ਼ਿਆਰਪੁਰ ਸੀ, ਉੱਥੇ ਬਹੁਤ ਰੌਲੇ ਪਏ ਲੋਕਾਂ ਦੀ, ਅਲਾਟਮੈਂਟਾਂ ਨਾ ਆਉਣ, ਜ਼ਮੀਨਾਂ ਘੱਟ ਸੀ, ਮੈਂ ਅੜ ਗਿਆ। ਠੀਕ ਹੈ ਸਰ, ਮੈਂ ਕਿਹਾ ਜ਼ਮੀਨ ਰਾਤੋਂ ਰਾਤ ਉਹਨਾਂ ਨੇ ਫਿਰ ਆਪਣੇ ਇਸ ਤਰ੍ਹਾਂ ਜ਼ਮੀਨ ਆਪਣੇ ਨਾਮ ਕਰਾ ਕੇ ਪੂਰੇ ਕਾਗਜ਼ ਕੀਤੇ, ਤਾਂ ਮੈਂ ਅਲਾਟਮੈਂਟ ਕੀਤੀ। ਠੀਕ ਹੈ ਸਰ, ਇਸ ਤੇ ਪਰ ਕਪੂਰਥਲੇ ਸਭ ਦੀ ਹੋ ਗਈ, ਸਭ ਨਿਕਲ ਗਏ। ਜਦੋਂ ਮੈਂ ਹੁਣ ਇਸ ਸਾਲ ਇੱਥੇ ਲੱਗਿਆ ਤੇ ਫਾਈਲਾਂ ਫਸ ਗਈਆਂ ਲੋਕਾਂ ਦੀ, ਇਹ ਉਹੀ ਲੋਕੀ ਨੇ
ਜਿਹੜੇ ਪਿਛਲੇ ਸਾਲ ਪਾਸ ਸੀਗੇ। ਠੀਕ ਹੈ ਸਰ। ਪਰ ਮੈਂ ਇੱਥੇ ਅੜਿਆ ਰਿਹਾ ਕਿਉਂਕਿ ਕਮੇਟੀ ਦਾ ਮੈਂ ਮੈਂਬਰ ਹਾਂ। ਹਰੇਕ ਸ਼ੈਲਰ ਨੇ ਮੇਰੇ ਪੀਸੀ ਚੋਂ ਵੀ ਨਿਕਲਣਾ, ਹਰੇਕ ਨੇ ਮਾਰਕਫੈਡ ਤੋਂ ਵੀ ਨਿਕਲਣਾ, ਹਰੇਕ ਨੇ ਐਫ ਸੀ ਤੋਂ, ਕੋਈ ਚੈੱਕ ਹੀ ਨੀ ਕਰਦਾ। ਠੀਕ ਹੈ ਜੀ। ਮੈਂ ਸੀ ਏ ਹੈਗਾ, ਮੈਨੂੰ ਦਿਖਦਾ ਜ਼ਿਆਦਾ, ਚਾਰਟਰਡ ਅਕਾਊਂਟੈਂਟ ਹਾਂ ਮੈਂ ਇਕੱਲਾ। ਓਕੇ ਸਰ, ਮੇਰੀ ਕੀ ਗਲਤੀ ਦੱਸੋ ਜੀ, ਮੈਨੂੰ ਕਾਗਜ਼ ਦਿਖਦੇ ਨੇ ਤੇ। ਜੇ ਕਿਸੇ ਨੇ ਸਿੱਧੇ ਪੁੱਠੇ ਕਾਗਜ਼ ਲੱਗੇ ਨੇ ਜਿਹਦੇ ਚ ਟੈਕਨੀਕਲੀ ਪਾਲਿਸੀ ਦੀ ਵਾਇਲੇਸ਼ਨ ਹੈ, ਉਹ ਪਿਛਲੇ ਸਾਲ ਮੈਂ ਇੱਥੇ ਨੀ ਸੀਗਾ, ਸਾਰੇ ਅਲੋਟ ਹੋ ਗਏ। ਠੀਕ ਆ। ਇਸ ਵਾਰ ਇੱਥੇ ਹੈਗਾ ਵਾ, ਮੈਂ ਇੱਥੇ 6 ਫਸ ਗਏ। ਠੀਕ ਹੈ ਸਰ। ਲੋਕਾਂ ਨੂੰ ਤਾਂ ਲੱਗਦਾ ਨਾ ਕਿ ਸਾਡਾ ਕਰੋੜਾਂ ਦਾ ਧੰਦਾ ਖਰਾਬ ਕਰਦਾ ਦਿਲਜੀਤ ਸਿੰਘ। ਦਿਲਜੀਤ ਸਿੰਘ ਧੰਦੇ ਨੇ ਖਰਾਬ ਕਰ ਰਹੇ, ਉਹ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਕਿ ਬਾਈ ਡਰੋ ਨਾ, ਨਿਡਰ ਹੋ ਕੇ ਚੱਲੋ, ਜੇ ਕੋਈ ਹੈਗੀ ਗੱਲ ਤੇ ਇਨਕੁਆਰੀ ਫੇਸ ਕਰੋ। ਮੈਂ ਇਨਕੁਆਰੀ ਫੇਸ ਕਰਨ ਨੂੰ ਤਿਆਰ ਹਾਂ। ਦਿਲਜੀਤ ਸਿੰਘ ਜਿਹੜੇ ਨੇ ਇੱਕ ਬਹੁਤ ਯੰਗ ਡੀਐਮ ਨੇ, ਕਿਸੇ ਦੀ 47 ਸਾਲ ਦਾ ਜੀ ਮੈਂ, ਕਿਸੇ ਯੰਗ ਨਹੀਂ ਹੈਗਾ, ਕਿਸੇ ਦੀ ਕਹਿੰਦੇ ਸੁਣਵਾਈ ਨਹੀਂ ਕਰਦੇ, ਸੁਣਵਾਈ ਨਹੀਂ ਕਰਦੇ। ਹਾਂ, ਮੈਂ ਪ੍ਰੋਪਰ ਜਾ ਕੇ ਜਿਵੇਂ ਸ਼ੈਲਰ ਤੇ ਗਿਆ, ਉਹਨਾਂ ਨੂੰ ਪੁੱਛਿਆ ਕਾਗਜ਼ ਦਿਖਾਓ, ਨਹੀਂ ਦਿਖਾਏ, ਪ੍ਰੋਪਰ ਰਿਪੋਰਟਿੰਗ ਸਾਰਿਆਂ ਨੂੰ ਭੇਜੀ ਹੈ, ਰਿਪੋਰਟਿੰਗ ਕਰਕੇ ਕਰਿਆ ਗਿਆ। ਠੀਕ ਹੈ ਜੀ। ਉਸ ਤੋਂ ਅਗਲੇ ਨੇ ਨੋਟਿਸ ਵੀ ਕੱਢਤਾ, ਲੋ ਵੀ ਤੁਹਾਨੂੰ 48 ਘੰਟੇ ਦਾ ਨੋਟਿਸ, 19 ਤਰੀਕ ਨੂੰ ਨੋਟਿਸ ਦੇ ਦਿੱਤਾ 48 ਘੰਟੇ ਦਾ, ਜੋ ਕਾਨੂੰਨ ਨੂੰ ਬਣਦਾ। ਹਾਂਜੀ, ਤੇ 20 ਤਰੀਕ ਨੂੰ ਨਿਕਲਿਆ ਹੋਇਆ, 19 ਤਰੀਕ ਨੂੰ, ਸਸਪੈਂਸ਼ਨ ਦੀ ਮੈਂ ਗੱਲ ਨਹੀਂ ਕਰ ਰਿਹਾ, ਮੈਂ ਖੁਸ਼ੀ ਰਾਜ ਦੀ ਗੱਲ ਕਰ ਰਿਹਾ। ਮੈਂ 19 ਤਰੀਕ ਨੂੰ ਨੋਟਿਸ ਵੀ ਕੱਢਿਆ ਉਹਨਾਂ ਨੂੰ, ਤੁਹਾਨੂੰ 48 ਘੰਟੇ ਦਾ ਟਾਈਮ ਦਿੱਤਾ ਜਾਂਦਾ ਆਪਣਾ ਪੱਖ ਅਗਰ ਤੁਸੀਂ ਕਹਿਣਾ ਚਾਹੁੰਦੇ ਦਿਓ ਦਿਓ। ਸਾਰਿਆਂ ਨੂੰ ਈਮੇਲ ਕੀਤੀ, ਸਾਰੇ ਅਫਸਰਾਂ ਨੂੰ। ਤੁਸੀਂ ਸਰ ਸਾਨੂੰ ਨੋਟਿਸ ਦੀ ਕਾਪੀ ਦੇ ਸਕਦੇ ਹੋ? ਦੇ ਸਕਦਾ ਜੀ, ਇਸ ਟਾਈਮ ਮੈਂ ਗੱਡੀ ਡਰਾਈਵ ਕਰ ਰਿਹਾ। ਕੋਈ ਬਾਤ ਨਹੀਂ, ਤੁਸੀਂ ਸਾਨੂੰ ਤੁਸੀਂ ਅੱਧੇ ਘੰਟੇ ਚ ਪ੍ਰੋਵਾਈਡ ਕਰਵਾ ਦਿਓ, ਮੇਰੇ ਦੂਸਰੇ ਨੰਬਰ ਦੇ ਉੱਪਰ ਤੁਹਾਡੇ ਕੋਲ ਸ਼ਾਇਦ ਨੰਬਰ ਵੀ ਹੈਗਾ। ਹੈਗਾ ਜੀ। ਹਾਂ, ਉੱਤੇ ਮੈਨੂੰ ਪ੍ਰੋਵਾਈਡ ਕਰਵਾ ਦਿਓ, ਤੇ ਜੇ ਤੁਹਾਨੂੰ ਮਿਲਣਾ ਹੋਵੇ ਅਸੀਂ ਕਿੱਥੇ ਮਿਲ ਸਕਦੇ ਹਾਂ? ਮੈਂ ਰਾਈਟ ਨਾਓ ਚੰਡੀਗੜ੍ਹ ਜੁਆਇਨਿੰਗ ਦੇਣ ਜਾ ਰਿਹਾ ਜੀ ਆਪਣੀ। ਓਕੇ ਸਰ। ਸਦਰ ਮਕਾਮ ਉੱਥੇ ਹੋ ਗਿਆ ਨਾ, ਤੇ ਉੱਥੇ ਵੀ ਦੇਣੀ ਜ਼ਰੂਰੀ ਟੈਕਨੀਕਲੀ। ਠੀਕ ਹੈ ਸਰ। ਆਈ ਐਮ ਓਪਨ ਟੂ ਐਨੀ ਇਨਵੈਸਟੀਗੇਸ਼ਨ। ਓਕੇ ਸਰ। ਇਹਦੀ ਫੋਰੈਂਸਿਕ ਜਾਂਚ ਲਈ ਮੈਂ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਦਾ। ਠੀਕ ਹੈ। ਜਿਵੇਂ ਮੋਦੀ ਸਾਹਿਬ ਦੀ ਬਣੀ ਹੈ ਨਾ ਡੀਪ ਫੇਕ, ਸੁਣਿਆ ਸੀ? ਮੈਂ ਸੁਣਿਆ, ਹਾਂਜੀ, ਉਦਾਂ ਹੀ ਤੁਸੀਂ ਕਹਿ ਰਹੇ ਕਿ ਮੇਰੀ ਵੀ ਇਹਦੇ ਡੀਪ ਫੇਕ ਜਿਹੜੀ ਕਿ ਵੀਡੀਓ ਜਾਰੀ ਕੀਤੀ ਗਈ ਹੈ ਸਾਰੀ, ਇਹ ਆਡੀਓ ਕੀਤੀ ਗਈ ਸਾਰੀ, ਆਡੀਓ ਜਿਹੜੀ ਕੀਤੀ ਗਈ ਹੈ, ਇਹ ਤੇ ਆਈਟੀ ਐਕਟ ਦੀ ਧਾਰਾ ਵੀ ਲੱਗਣ, ਸਾਰਾ ਕੁਝ ਲੱਗੇ, ਅਤੇ ਚੈਨਲ ਤੇ ਵੀ ਕਾਰਵਾਈ ਹੋਵੇ ਕਿ ਭਾਈ ਤੋਂ ਬਿਨਾਂ ਵਰਜਨ ਤੋਂ ਬੰਦੇ ਨੂੰ ਡੀ ਫੇਮ ਕਿਉਂ ਕਰ ਰਹੇ ਹਾਂ। ਠੀਕ ਹੈ ਜੀ। ਕਿ ਦੇਖਿਆ ਜਾਵੇ ਕਿ ਉਹਦੇ ਵਿੱਚ ਕੁਛ ਆਵਾਜ਼ ਵੀ ਜਿਹੜੀ ਕਿ ਕਲੀਅਰ ਨੇ, ਕੁਛ ਆਵਾਜ਼ ਅਟਕਦੀ ਆ ਰਹੀ ਹੈ ਉਹਦੇ ਵਿੱਚ, ਇਹ ਵੀ ਕਈ ਕੁਛ ਉਹਦੇ ਵਿੱਚ। ਮੈਂ ਪਹਿਲੀ ਵਾਰੀ ਦੇਖ ਰਿਹਾ ਚੀਜ਼ਾਂ ਜੀ, ਮੈਂ ਇਸ ਚੀਜ਼ ਦਾ ਐਕਸਪਰਟ ਨਹੀਂ ਆ, ਮੈਂ ਆਪਣੇ ਕੰਮ ਦਾ ਐਕਸਪਰਟ ਆ, ਮੈਂ ਅਕਾਊਂਟਸ ਦਾ, ਟੈਕਸੇਸ਼ਨ ਦਾ ਐਕਸਪਰਟ ਆ, ਆਪਣੇ ਮਹਿਕਮੇ ਦਾ ਐਕਸਪਰਟ ਆ। ਠੀਕ ਹੈ ਜੀ। ਇਹ ਕੰਮ ਐਕਸਪਰਟ ਤੋਂ ਕਰਾਇਆ ਜਾਵੇ ਜਿਹੜੇ ਇਸ ਕੰਮ ਦੇ ਹੈਗੇ ਨੇ। ਠੀਕ ਹੈ ਸਰ। ਠੀਕ ਹੈ ਜੀ, ਮੈਂ ਗਲਤ ਸਜ਼ਾ ਦਿਓ ਯਾਰ, ਫਿਰ ਸਸਪੈਂਡ ਕਰ, ਡਿਸਮਿਸ ਕਰੋ, ਗੱਲ ਮੁੱਕਦੀ ਹੈ। ਓਕੇ ਸਰ, ਦਲਜੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਕਿ ਪਿਛਲੇ ਦਿਨੀ ਮੰਡੀ ਟੀਐਮ ਦੀ ਇੱਕ ਜਿਹੜੀ ਕਿ ਆਡੀਓ ਵਾਇਰਲ ਹੋਈ ਹੈ, ਜਿਹਦੇ ਵਿੱਚ ਅੱਜ ਉਹਨਾਂ ਨੇ ਜਦੋਂ ਗੱਲਬਾਤ ਕੀਤੀ ਗਈ ਹੈ, ਉਹਨਾਂ ਵੱਲੋਂ ਕਹਿ ਲਓ ਕਿ ਕੁਛ ਵਪਾਰੀਆਂ ਦੇ ਜਿਹੜੇ ਕਿ ਨਾਮ ਉਜਾਗਰ ਕਰਨ ਦੀ ਗੱਲ ਕੀਤੀ, ਜਿਹਦੇ ਵਿੱਚ ਤੁਹਾਡੇ ਕ੍ਰਿਸ਼ਨ ਫਾਰਮ ਦਾ ਵੀ ਨਾਮ ਲਿੱਤਾ ਗਿਆ, ਤਾਂ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹਦੇ ਬਾਰੇ ਮੈਨੂੰ ਤਾਂ ਹਾਲੇ ਕੋਈ ਵੀਡੀਓ ਬਾਰੇ ਜਾਣ ਨਹੀਂ, ਅਤੇ ਨਾ ਮੈਨੂੰ ਇਹ ਪਤਾ ਵੀ ਡੀਐਮ ਨੇ ਕੀ ਕਿਹਾ ਕੀ ਨਹੀਂ ਕਿਹਾ। ਸਾਡੇ ਆਏ ਫੱਟੀ, ਸਾਡੀ ਪਿਛਲਾ ਸਿੰਘ ਦੀ ਪੀਵੀ ਕੀਤੀ, ਓਕੇ ਬਾਈ। ਨਹੀਂ, ਜਿਹੜੇ ਉਹਨਾਂ ਵੱਲੋਂ ਐਲੀਗੇਸ਼ਨ ਲਗਾਈ ਜਾ ਰਹੇ ਆ ਕਿ ਬੋਰੀਆਂ ਨੂੰ ਲੈ ਕੇ 5 ਕਰੋੜ ਨੂੰ ਵੀ ਲੈ ਕੇ 5 ਕਰੋੜ ਦਾ ਘੱਟੋ ਘੱਟ ਜਿਹੜੇ ਕਿ ਗਬਨ ਹੋਇਆ ਵਾ, ਜੋ ਵੀ ਮੈਂ ਮਾਨ ਲਿੱਤਾ ਮੇਰੀ ਕਿਤਾਬਾਂ ਦੇ ਵਿੱਚ, ਜੋ ਵੀ ਮੇਰਾ ਮਾਲ ਪਿਆ ਉਹ ਮੇਰੀ ਕਿਤਾਬਾਂ 'ਚ, ਮੈਂ ਕੋਈ ਗਲਤ ਕੰਮ ਨਹੀਂ ਕੀਤਾ। ਇਹਦੀ ਆਲਰੇਡੀ ਇਨਕੁਆਇਰੀ ਚੱਲਦੀ ਪਈ ਹੈ ਸਰਕਾਰ ਦੇ ਕੋਲ। ਉਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਜਿਹੜਾ ਕਿ 48,000 ਬੋਰੀ ਜੋ ਕਿ ਸਰਕਾਰ ਦੀ ਪਰਚੇਜ਼ 1 ਅਕਤੂਬਰ ਤੋਂ ਹੁੰਦੀ, ਇਹਨਾਂ ਨੇ 14 ਨਵੰਬਰ ਨੂੰ ਚੰਡੀਗੜ੍ਹ ਬਹਿ ਕੇ ਪਹਿਲਾਂ ਪਵਾ ਲਈ ਆ, ਕਿ ਉਹਦੇ ਜਦੋਂ ਮੈਂ ਬਿੱਲ ਖਰਚੇ ਇਹਨਾਂ ਦੇ ਮੰਗੇ ਕਿ ਇਹਨਾਂ ਕੋਲ ਬਿੱਲ ਨਹੀਂ ਨਿਕਲੇ। ਇਹਦੇ ਬਾਰੇ ਮੇਰੀ ਅਲਾਰਮੈਂਟ ਜਿਹੜੀ ਆ, ਇਹਨੇ ਪਹਿਲਾਂ ਮੇਰੇ ਕੋਲ, ਮੈਂ ਅੰਦਰੂਨੀ ਦੱਸ ਨਹੀਂ ਸਕਦਾ, ਪਹਿਲਾਂ ਇਹਨਾਂ ਨੇ ਮੇਰੀ ਅਲਾਰਮੈਂਟ ਰਿਜੈਕਟ ਕੀਤੀ। ਮੈਂ ਡਾਇਰੈਕਟਰ ਸਾਹਿਬ ਕੋਲ ਅਪੀਲ ਕੀਤੀ, ਡਾਇਰੈਕਟਰ ਸਾਹਿਬ ਨੇ ਅਪੀਲ ਦੇ ਉੱਤੇ ਆਪਣੇ ਡਿਪਟੀ ਕੈਪਟਨ ਸਾਹਿਬ ਦੀ ਡਿਊਟੀ ਲਾਈ। ਉਹਨਾਂ ਨੇ ਡਿਊਟੀ ਲਾਉਣ ਤੋਂ ਬਾਅਦ ਉਹਨਾਂ ਨੇ ਕੋਈ ਟੀਮ ਬਣਾਈ, ਟੀਮ ਲਾ ਕੇ ਉਹਨਾਂ ਨੇ ਗਾਂਹ ਰਿਪੋਰਟ ਭੇਜੀ। ਸਾਨੂੰ ਇਹ ਕੁਛ ਨਹੀਂ ਇਹਦੇ ਬਾਰੇ ਪਤਾ ਸੀ ਕੀ ਰਿਪੋਰਟ ਗਈ ਆ, ਸਾਨੂੰ ਇਹ ਵੀ ਨਹੀਂ ਪਤਾ ਸਾਡੀ ਐਲੋਕੇਸ਼ਨ ਆਈ ਆ, ਅਲਾਰਮੈਂਟ ਆਈ ਆ ਜਾਂ ਨਹੀਂ ਆਈ, ਸਾਨੂੰ ਕੁਛ ਨਹੀਂ ਪਤਾ। ਸਾਨੂੰ ਜਦੋਂ ਪਤਾ ਲੱਗਿਆ ਵੀ 18 ਤਰੀਕ ਨੂੰ ਵੀ ਤੁਹਾਡੀ ਅਲਾਰਮੈਂਟ ਆਈ ਆ, ਅਸੀਂ ਨਾਲ ਹੀ ਲਿਖ ਕੇ ਦਿੱਤਾ ਵੀ ਸਰਕਾਰ ਨੂੰ ਏਸੀ ਮਿਲੇ ਨਹੀਂ ਕਰਨੀ ਡਿਊ ਟੂ ਮੰਡੀ ਦੇ ਵਿੱਚ ਇਨਕੁਆਇਰੀ ਹਲਦੀ ਆ ਗਈ ਆ, ਅਤੇ ਸਾਡਾ ਇਸ ਸਾਲ ਵਿਚਾਰ ਨਹੀਂ ਹੈਗਾ ਮਿਲੇਗਾ। ਤੁਸੀਂ ਕੀ ਚਾਹੁੰਦੇ ਕਿ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਸਾਰੇ ਮਾਮਲੇ ਦੀ?
हो रही है लड़ी होनी चाहिए है दुधा दुध पानी का पानी होना चाहिए। ਉਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਇਹ ਜਿਹੜਾ ਕਿ ਇਹ ਹੋਰ ਸ਼ੈਲਰ ਦਾ ਉਹ ਨਾਮ ਨਹੀਂ ਕਿਸੇ ਦਾ, ਤੁਹਾਡਾ ਨਾਮ ਹੀ ਖੁਸ਼ੀ ਹੈ ਗੁਰੂ ਦਾ, ਕਿਉਂ ਉਹਦੇ ਵਿੱਚ ਲੈ ਰਹੇ ਵਾਰ ਵਾਰ ਕਿ ਇਹਨਾਂ ਨੇ ਬਹੁਤ ਜ਼ਿਆਦਾ ਹਰਾਸਮੈਂਟ ਕੀ ਉਹਨੂੰ ਪਰਮਾਤਮਾ ਜਾਣਦਾ ਉਹਨੂੰ ਹਾਂਜੀ ਬਿਪਨ ਜੀ ਆਪਾਂ ਜੇ ਗੱਲ ਕਰੀਏ ਜਿਹੜੇ ਕਿ ਡੀ ਐੱਮ ਓ ਜਿਹੜੇ ਕਿ ਪੰਸਪ ਵੱਲੋਂ ਜਿਹੜੇ ਕਿ ਕਪੂਰਥਲਾ ਦੇ ਵਪਾਰੀਆਂ ਦੇ ਉੱਤੇ ਜਿਹੜੇ ਕਿ ਇਲਜ਼ਾਮ ਲਗਾਏ ਹੈ ਕਹਿ ਲਓ ਕੀ ਕਹਿਣਾ ਚਾਹੋਗੇ ਕਿ ਜਿਹੜੇ ਕਿ ਮੰਡੀ ਦੇ ਵਪਾਰੀ ਦੇ ਉੱਤੇ ਜਿਹੜੇ ਕਿ ਉਹਦੇ ਵੱਲੋਂ ਐਲੀਗੇਸ਼ਨ ਲਗਾਏ ਗਏ ਆ? ਸਾਡੀ ਮੰਡੀ ਦੇ ਆੜਤੀਆਂ ਉੱਪਰ ਤਾਂ ਕੋਈ ਇਲਜ਼ਾਮ ਮੈਨੂੰ ਮੇਰੀ ਸਾਡੀ ਨੌਲੇਜ 'ਤੇ ਕੋਈ ਨਹੀਂ ਆਇਆ ਕਿ ਮਤਲਬ ਲੱਗਦਾ ਨਹੀਂ ਸਾਨੂੰ ਕੋਈ ਇਲਜ਼ਾਮ ਲੱਗਾ ਸਾਡੇ ਆੜਤੀਆਂ 'ਤੇ, ਉਹਨਾਂ ਨੇ ਕੋਈ ਡਾਇਰੈਕਟ ਸਾਡੇ ਆੜਤੀਆਂ 'ਤੇ ਕੋਈ ਇਲਜ਼ਾਮ ਲਾਇਆ, ਮੇਰੀ ਸਾਡੀ ਨੌਲੇਜ 'ਤੇ ਕੁਛ ਵੀ ਨਹੀਂ ਹੈਗਾ ਇੱਦਾਂ ਦਾ। ਡੀ ਐੱਮ ਜਿਹੜੇ ਸਸਪੈਂਡ ਹੋਏ ਉਹਨਾਂ ਦਾ ਇਹ ਕਹਿਣਾ ਜਿਹੜੀ ਕਿ ਖੁਸ਼ੀ ਐਗਰੋ ਜਾ ਕੇ ਕੋਈ ਕ੍ਰਿਸ਼ਨਾ ਅਦਰਵਾਈਜ਼ ਕੋਈ ਹੋਊਗੀ ਕਿ ਉਹਨਾਂ ਦੇ ਅੰਦਰ ਜਿਹੜੀ ਬੋਰੀ ਲੱਗੀ 48,000 ਅਸੀਂ ਉਹਨਾਂ ਕੋਲ ਜਦੋਂ ਡਾਕੂਮੈਂਟਸ ਮੰਗੇ ਉਹਨਾਂ ਕੋਲ ਡਾਕੂਮੈਂਟ ਪ੍ਰੋਵਾਈਡ ਨਹੀਂ, ਉਹ ਕਿਤੇ ਨਾ ਕਿਤੇ ਇਹਦੇ ਵਿੱਚ ਆੜਤੀ ਜਾਂ ਸ਼ੈਲਰ ਐਸੋਸੀਏਸ਼ਨ ਜਿਹੜੀ ਕਿ ਰਲੀ ਹੋਈ ਆ ਉਹਦੇ ਵਿੱਚ ਇਹਨਾਂ ਦਾ ਨਾਮ ਹੀ ਕਿਉਂ ਦਿੱਤਾ ਗਿਆ? ਔਰ 5-6 ਦਾ ਹੋਰ ਜਦੋਂ ਸਾਡੀ ਟੀਮ ਨੇ ਪੁੱਛਣਾ ਚਾਹਿਆ ਕਿ ਉਹਨਾਂ ਨੂੰ ਕਿ ਹੋਰ ਸ਼ੈਲਰ ਦਾ, ਉਹਦੇ ਸਮੇਂ ਆਉਣ 'ਤੇ ਮੈਂ ਸਭ ਕੁਝ ਦੱਸੂੰਗਾ, ਜੇ ਮੈਂ ਇਹਦੇ ਵਿੱਚ ਗਲਤ ਹੋਵਾਂਗਾ ਤਾਂ ਮੈਨੂੰ ਸਰਕਾਰ ਜੋ ਮਰਜ਼ੀ। ਦੇਖੋ ਜੀ ਜਿਹੜੀ ਫਿਲਮ ਦੀ ਤੁਸੀਂ ਗੱਲ ਕਰ ਰਹੇ ਆ ਖੁਸ਼ੀ ਐਗਰੋ ਜਾਂ ਜੋ ਵੀ ਹੈਗੀ, ਉਹ ਉਸ ਫਰਮ ਨੂੰ ਤਾਂ ਮੇਰਾ ਖਿਆਲ ਸਾਡੀ ਮੰਡੀ 'ਚ ਬੁਰੀ ਅਲੋਟਮੈਂਟ ਹੀ ਨਹੀਂ ਹੈਗੀ, ਉਹਦੀ ਤਾਂ ਅਲੋਟਮੈਂਟ ਕਪੂਰਥਲਾ ਮੰਡੀ 'ਚ ਹੈ ਹੀ ਨਹੀਂ, ਜਿਹੜੀ ਸਰਕਾਰੀ ਜਾਂ ਜੋ ਵੀ ਹੈਗਾ ਜੋ ਮਤਲਬ ਉਹਨੂੰ ਸਰਕਾਰੀ ਅਲੋਟਮੈਂਟ ਹੀ ਨਹੀਂ ਸਾਡੀ ਮੰਡੀ 'ਚ, ਅਤੇ ਉਹ ਮਤਲਬ ਸਾਡੇ ਮੰਡੀ 'ਚ ਤਾਂ ਮਾਲ ਉੱਦਾਂ ਹੀ ਨਹੀਂ ਉਹਨਾਂ ਨੇ ਦਿੱਤਾ ਹੋਣਾ, ਕੋਈ ਉਹ ਆਈ ਨਹੀਂ ਸਕਦੇ ਸਾਡੀ ਮੰਡੀ ਦੇ ਵਿੱਚ ਕਿਉਂਕਿ ਅਲੋਟਮੈਂਟ ਹੀ ਨਹੀਂ ਉਹਨਾਂ ਸਰਕਾਰੀ। ਪਰ ਫਿਰ ਵੀ ਸਭ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਕਿਤੇ ਨਾ ਕਿਤੇ ਕਹਿ ਲਓ ਕਿ ਵਪਾਰੀ ਵਰਗ ਵੀ ਤਾਂ ਕਿਤੇ ਨਾ ਕਿਤੇ ਇਨਵੋਲਵਮੈਂਟ ਹੋਊਗਾ ਜਿਹਦੇ ਕਰਕੇ। ਦੇਖੋ ਜੀ ਸਾਡੀ ਮੰਡੀ ਦੇ ਵਿੱਚ ਅੱਜ ਜਦੋਂ ਵੀ ਸਰਕਾਰੀ ਮਾਲ ਜਾਂਦਾ ਵਾ ਗੇਟ ਪਾਸ ਦੇ ਨਾਲ ਜਾਂਦਾ ਵਾ, ਕਹਿੰਦਾ ਸਰਕਾਰੀ ਮਤਲਬ ਆੜਤੀ ਦੇ ਪੋਰਟਲ ਤੋਂ ਨਿਕਲਦਾ ਜਾਂ ਇੰਸਪੈਕਟਰ ਦੇ ਪੋਰਟਲ ਤੋਂ ਨਿਕਲਦਾ, ਟਰੱਕ ਦੇ ਨਾਲ ਗੇਟ ਪਾਸ ਜਾਂਦਾ, ਪ੍ਰਾਈਵੇਟ ਜੇ ਕੋਈ ਪਰਚੇਜ ਰਹਿੰਦਾ ਵਾ ਉਹਦੇ ਨਾਲ ਆੜਤੀ ਦਾ ਆਈਫੋਨ ਪੂਰਾ ਲੱਗਿਆ ਹੁੰਦਾ ਨਾਲ, ਕੋਈ ਉਹਦੀ ਚੈਕਿੰਗ ਜੋ ਮਰਜ਼ੀ ਜੋ ਜਿੱਥੇ ਮਰਜ਼ੀ ਰੋਕ ਕੇ ਦੇਖ ਲਿਆ ਸਾਡੀ ਮੰਡੀ ਦੇ ਕਪੂਰਥਲਾ ਮੰਡੀ ਦੇ ਵਿੱਚੋਂ ਦੀ ਮੈਂ ਗਰੰਟੀ ਦਿੰਦਾ ਕਿ ਸਾਡੀ ਮੰਡੀ ਦੇ ਵਿੱਚ ਕੋਈ ਦੋ ਨੰਬਰ ਦਾ ਕੰਮ ਨਹੀਂ ਹੁੰਦਾ। ਪਰ ਫਿਰ ਵੀ ਡੀ ਐੱਮ ਵੱਲੋਂ ਜਿਹੜੇ ਕਿ ਕੁਛ ਵਪਾਰੀਆਂ ਦੇ ਜਿਹੜੇ ਕਪੂਰਥਲਾ ਦੇ ਵਪਾਰੀਆਂ ਦੇ ਨਾਂ ਲਿੱਤੇ ਜਾ ਰਹੇ, ਕਿਸ ਆਧਾਰ 'ਤੇ ਲਿੱਤੇ ਜਾ ਰਹੇ ਨਾਂ? ਇਹ ਤਾਂ ਹੁਣ ਹੋ ਸਕਦਾ ਜੀ ਕੋਈ ਉਹਨਾਂ ਦੀ ਆਪਣੀ ਕੋਈ ਪਰਸਨਲ ਹੋਵੇ ਕੋਈ ਗੱਲਬਾਤ ਜਾਂ ਕੋਈ ਸਾਡੀ ਨੌਲੇਜ ਸਾਡੀ ਮੰਡੀ ਦੇ ਵਿੱਚ ਕੁਛ ਨਹੀਂ ਹੈਗਾ ਜੀ ਇਸ ਚੀਜ਼ ਦਾ, ਉਹਨਾਂ ਦਾ ਕੋਈ ਆਪਸ 'ਚ ਕੋਈ ਹੋਵੇ ਮੈਂ ਇਸ ਬਾਰੇ ਕੁਛ ਨਹੀਂ ਕਹਿ ਸਕਦਾ। ਪਰ ਮੇਰੇ ਜੇ ਤੁਸੀਂ ਮੇਰੇ ਕੋਲ ਕਪੂਰਥਲਾ ਮੰਡੀ ਦੇ ਬਾਰੇ ਪੁੱਛੋ ਤਾਂ ਸਾਡੀ ਕਪੂਰਥਲਾ ਮੰਡੀ 'ਚ ਦੋ ਨੰਬਰ ਦਾ ਕੰਮ ਝੋਨਾ ਬਿਲਕੁਲ ਨਹੀਂ ਵਿਕਦਾ, ਨਾ ਕੋਈ ਖਰੀਦਦਾ ਵਾ ਕਿਉਂਕਿ ਜੋ ਜਾਂ ਨਾ ਇੱਥੋਂ ਕੋਈ ਲਿਫਟਿੰਗ ਹੁੰਦੀ ਹੈ ਨਾ ਕੋਈ ਆੜਤੀ ਕਰਦਾ ਹੀ ਹੈ। ਜਦੋਂ ਸਰਕਾਰ ਗਾਹਕ ਵਾ ਕਿਸੇ ਨੇ ਦੋ ਨੰਬਰ ਦਾ ਮਾਲ ਕਿਉਂ ਦੇਣਾ? ਸਰਕਾਰ ਅੱਜ ਅਸੀਂ ਮਾਲ ਦਿੰਦੇ ਹਾਂ ਅੱਜ ਦੂਜੇ ਦਿਨ ਪੈਸੇ ਪਾ ਦਿੰਦੀ ਸਾਡੇ ਖਾਤੇ, ਅਸੀਂ ਕਿਸੇ ਵਪਾਰੀ ਨੂੰ ਅਸੀਂ ਜ਼ਰੂਰ ਮਹੀਨਾ ਦੋ ਮਹੀਨੇ ਬਾਅਦ ਅੱਗੇ ਪੈਸੇ ਲੈਣੇ। ਤੁਹਾਨੂੰ ਲੱਗਦਾ ਕਿ ਜਿਹੜੇ ਉਹ ਵੱਲੋਂ ਨਾਮ ਲਿੱਤੇ ਗਏ ਹੈ ਕਿਤੇ ਨਾ ਕਿਤੇ ਇਹਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ? ਦੇਖੋ ਜੀ ਇਹ ਤਾਂ ਹੁਣ ਡਿਪਾਰਟਮੈਂਟਲਸ ਦੇ ਕੰਮ ਨੇ ਕਿ ਇਹਨਾਂ ਦੇ ਕੀ ਐਲੀਗੇਸ਼ਨ ਉਹਨਾਂ ਲਾਏ ਆ ਗਲਤ ਆ, ਉਹ ਤਾਂ ਦੇਖੋ ਸਾਬਤ ਤਾਂ ਹੋ ਹੀ ਜਾਣੇ ਆ, ਸੱਚਾਈ ਨੇ ਆ ਹੀ ਜਾਣਾ ਸਾਹਮਣੇ ਜੀ। ਜੇ ਸਾਡਾ ਇੰਡਸਟਰੀ ਸਾਡਾ ਸਹੀ ਹੈਗਾ ਸਾਡਾ ਵਪਾਰੀ ਸਹੀ ਆ ਅਤੇ ਉਹ ਤਾਂ ਐਲੀਗੇਸ਼ਨ ਕਿਸੇ ਨੇ ਲਾਇਆ ਵਾ ਅਤੇ ਉਹ ਤਾਂ ਸਾਹਮਣੇ ਆਏਗਾ ਹੀ ਆਏਗਾ ਜੀ। ਉਹ ਵੀ ਆਪਣੀ ਪੂਰੀ ਲੜਾਈ ਲੜੇਗਾ ਜੀ, ਜੋ ਉਹਦੇ ਕੋਲ ਪਰੂਫ ਹੋਣੇ ਆ ਮਾਲ ਜੇ ਕੋਈ ਹੈਗਾ ਵਾ ਕੁਛ ਵੀ ਜੋ ਵੀ ਹੈਗਾ ਵਾ ਉਹ ਸਾਰੀ ਚੀਜ਼ ਤੁਹਾਡੇ ਸਾਹਮਣੇ ਆ ਜਾਏਗੀ, ਤੁਹਾਨੂੰ 2-4-5 ਦਿਨਾਂ 'ਚ ਕਲੀਅਰ ਹੋ ਜਾਏਗਾ ਕੀ ਗੱਲ। ਤੁਸੀਂ ਇੱਕ ਮੰਡੀ ਦੇ ਪ੍ਰਧਾਨ ਵੀ, ਉਹਨਾਂ ਦਾ ਇਹ ਕਹਿਣਾ ਜਿੱਦਾਂ ਕਿ 16 ਤਰੀਕ ਨੂੰ ਤੋਂ ਪਹਿਲਾਂ ਇਹਨਾਂ ਨੂੰ ਇਹ 16 ਤਰੀਕ ਨੂੰ ਮੇਰੀ ਅਲਾਟਮੈਂਟ ਜੋ ਵੀ ਇਹਨਾਂ ਨੂੰ ਹੁੰਦੀ ਹੈ ਉਦੋਂ ਪਹਿਲਾਂ ਇਹਨਾਂ ਦੇ ਅੰਦਰ ਝੋਨਾ ਲੱਗਿਆ ਹੋਇਆ ਵਾ, ਜਦੋਂ ਇਹਨਾਂ ਕੋਲ ਕਾਗਜ਼ੀ ਕਾਰਵਾਈ ਪੂਰੀ ਮਤਲਬ ਉਹਨਾਂ ਕੋਲ ਬਿਲਕੁਲ ਕੁਛ ਨਹੀਂ ਜੀ। ਕਪੂਰਥਲੇ ਮੰਡੀ 'ਚ ਉਹਨਾਂ ਦੀ 16 ਦੀ ਵੀ ਅਲਾਟਮੈਂਟ ਹੈ ਨਹੀਂ ਮੇਰੇ ਹਿਸਾਬ ਨਾਲ, ਜੋ ਤਾਂ ਮੇਰੀ ਨੌਲੇਜ ਆ ਉਹਨਾਂ ਦੀ ਅਲਾਟਮੈਂਟ ਕਪੂਰਥਲੇ ਮੰਡੀ 'ਤੇ ਹੈ ਹੀ ਨਹੀਂ। ਉਹਨਾਂ ਦੀ ਅਲੋਟਮੈਂਟ ਜਿਹੜੀ ਆ ਮੇਰੇ ਜੋ ਮੇਰੀ ਨੌਲੇਜ ਆ ਗਈ ਉਸ ਫਰਮ ਨੂੰ ਜਿਹਦੀ ਫਰਮ ਦੀ ਤੁਸੀਂ ਗੱਲ ਕਰ ਰਹੇ ਹੋ ਉਸ ਫਰਮ ਨੂੰ ਕਪੂਰਥਲੇ ਮੰਡੀ ਦੀ ਅਲੋਟਮੈਂਟ ਹੀ ਨਹੀਂ ਗਈ, ਉਹ ਮੰਡੀ 'ਚ ਆਊਗਾ ਜਦੋਂ ਅਲੋਟਮੈਂਟ ਹੋਊਗੀ ਫਿਰ ਹੀ ਆ ਕੇ ਕੋਈ ਕੱਚਿਆਂ ਪੱਕਿਆਂ 'ਚ ਮਾਲ ਲਊਗਾ, ਉਹ ਜਦ ਲੈ ਹੀ ਨਹੀਂ ਸਕਦਾ ਉਹ, ਇੱਥੇ ਸਰਕਾਰੀ ਏਜੰਸੀ ਦੀ ਖਰੀਦ ਅਜੇ ਤੱਕ ਚੱਲਦੀ ਪਈ ਆ, ਪ੍ਰਾਈਵੇਟ ਖਰੀਦ ਕਿਉਂ ਦਊਗਾ ਕੋਈ ਕਿਸੇ ਨੂੰ? ਜਦ ਸਰਕਾਰ ਬੈਠੀ ਹੈ ਇੱਕ ਹਰ ਕੋਈ ਬੰਦਾ ਹਰ ਆੜਤੀਆ ਚਾਹੁੰਦਾ ਵਾ ਕਿ ਮੇਰਾ ਮਾਲ ਸਰਕਾਰ ਨੂੰ ਭਵੇ, ਜ਼ਿਮੀਦਾਰ ਦਾ ਪੂਰਾ ਭਾਅ ਮਿਲੇ ਉਹਨੂੰ, ਮੈਂ ਪ੍ਰਾਈਵੇਟ ਜਾਂ ਕੋਈ ਵੀ ਜ਼ਿਮੀਦਾਰ ਕਿਉਂ ਪ੍ਰਾਈਵੇਟ ਵੇਚੂਗਾ? ਇੱਕ ਪੇਮੈਂਟ ਲੇਟ ਇੱਕ ਠਾਹ ਕਰਕੇ ਜ਼ਿਮੀਦਾਰ ਦੇ ਖਾਤੇ ਪੈਸੇ ਪੈ ਰਹੇ ਆ, ਕੌਣ ਚਾਹੂਗਾ? ਕੋਈ ਨਹੀਂ ਚਾਹੂਗਾ ਜੀ। ਸਾਡੀ ਮੰਡੀ 'ਚ ਆਪਣਾ ਕੋਈ ਪ੍ਰਾਈਵੇਟ ਪਰਚੇ ਬਾਇਰ ਹੈ ਨਹੀਂ, ਜੇ ਹੈਗਾ ਵਾ ਤਾਂ ਪ੍ਰਾਈਵੇਟ ਬਾਇਰ ਜਿਹੜਾ ਹੈਗਾ ਉਹ ਪੂਰਾ ਪਰਚੇ ਦੇ ਨਾਲ ਮਾਲ ਲੈ ਕੇ ਜਾਂਦਾ ਵਾ। ਤੁਹਾਨੂੰ ਲੱਗਦਾ ਕਿ ਜਿਹੜੀ ਕਿ ਅਫਸਰਸ਼ਾਹੀ ਆਪਣੇ ਆਪ ਨੂੰ ਬਚਾਉਣ ਲਈ ਵਪਾਰੀ ਵਰਗ ਨੂੰ ਕਿਤੇ ਨਾ ਕਿਤੇ ਨਿਸ਼ਾਨਾ ਬਣਾ ਰਹੀ ਹੈ? ਦੇਖੋ ਜੀ ਇਹ ਤਾਂ ਹੁੰਦਾ ਹੀ ਹੈ ਜਦੋਂ ਮੈਂ ਹੋਵਾਂ ਜਾਂ ਤੁਸੀਂ ਹੋਵੋ ਜਾਂ ਕੋਈ ਵੀ ਹੋਵੇ, ਜਦੋਂ ਕਿਸੇ ਉੱਪਰ ਕੋਈ ਐਲੀਗੇਸ਼ਨ ਲੱਗਦੇ ਆ ਉਹ ਹੱਥ ਪੈਰ 'ਤੇ ਮਾਰਦਾ ਹੀ ਹੈ ਜੀ ਹਰ ਵਾਰ।